ਰਾਮਗੀਰਾਂ ਦੇ ਬਿਆਨ ਦੇਖੋ ਕਹਿੰਦੇ ਹੁੰਦੇ ਪਿੱਛੇ ਜਿਹਾ ਵੀ ਜਿਹੜੇ ਖੁਦਕੁਸ਼ੀਆਂ ਕਰਨਗੇ ਨਾ ਅਸੀਂ ਉਹਨਾਂ ਨੂੰ ਮਾਰਨ ਵਾਲੇ ਕਹਿੰਦੇ ਰੱਖਾਂਗੇ। ਸ਼ਰਮਾ ਮਰ ਜਾਣਾ ਚਾਹੀਦਾ ਲੀਡਰ ਨੂੰ, ਅੱਗੇ ਜੇ ਕੋਈ ਇਨਸਾਨ ਖੁਦਕੁਸ਼ੀ ਕਰ ਰਹੇ ਉਹਨੂੰ ਅਸੀਂ ਨਾਲ ਦੀ ਨਾਲ ਕਹਿੰਦੇ ਉਹ ਕਹਿੰਦੇ ਤੁਸੀਂ ਬਿਆਨ ਇਹ ਦਿਓ ਵੀ ਭਾਈ ਸਾਡੇ ਰਾਜ ਵਿੱਚ ਕੋਈ ਕਿਸਾਨ, ਕੋਈ ਮਜ਼ਦੂਰ, ਕੋਈ ਦੁਕਾਨਦਾਰ ਖੁਦਕੁਸ਼ੀ ਨਾ ਕਰੇ, ਜਿਹਦੇ ਸਿਰ ਕਰਜਾ ਉਹ ਹਲਕੇ ਦੇ MLA ਜਾਂ ਲੀਡਰ ਨੂੰ ਮਿਲੇ, ਉਹਨੂੰ ਜਾ ਕੇ ਦੱਸੇ ਮੇਰੇ ਸਿਰ ਇੰਨਾ ਕਰਜਾ, ਅਸੀਂ ਤੁਹਾਡੀ ਮਦਦ ਕਰਾਂਗੇ। ਮਰਨ ਤੋਂ ਬਾਅਦ ਜਿਹੜੇ ਪੈਸੇ ਮਿਲੇ ਆ ਉਹ ਜਿਉਂਦੇ ਜੀ ਦੇ ਦਿਓ। ਆਹ ਤੁਹਾਨੂੰ ਪਤਾ ਸਮਾਣੇ ਇਲਾਕੇ ਵਿੱਚ ਜੀ ਨਹੀਂ ਕਰਦਾ ਜੀ ਕਿਸੇ ਨੂੰ ਮਜ਼ਬੂਰ ਇੰਨਾ ਹੋ ਜਾਂਦਾ ਬੰਦਾ। ਸਮਾਣੇ ਇਲਾਕੇ ਵਿੱਚ ਧੀ ਦਾ ਵਿਆਹ ਰੱਖਿਆ ਹੋਇਆ, ਸਵੇਰੇ ਬਰਾਤ ਆਉਣੀ ਹੈ, ਜਿਹੜੇ ਪਿਓ ਨੇ ਸਵੇਰੇ ਧੀ ਦਾ ਪੱਲਾ ਫੜਾਉਣਾ ਨਾ ਦਵਾਈ ਦੇ ਹੱਥ ਵਿੱਚ, ਘਰ ਜੇ ਤੋਂ ਇੰਨਾ ਦੁਖੀ, ਉਹਨੇ ਸੋਚਿਆ ਉਹ ਮੰਤਰੀ ਅੱਜ ਤਾਂ ਲੋਕਾਂ ਤੋਂ ਫੜ ਕੇ ਕੁੜੀ ਦਾ ਵਿਆਹ ਕਰਤਾ, ਹੱਥ ਪੀਏ ਕਰਤੇ, ਕੱਲ ਨੂੰ ਕੁੜੀ ਚਲੀ ਪੈਸੇ ਦਾ ਚਲੇ ਜਾਵੇ, ਪਾਸੋਂ ਤੋਂ ਲੋਕ ਮੇਰੇ ਵਾਸ ਆ ਕੇ ਮਾਰ ਨੂੰ ਮਾਰਿਆ ਕਰਨ ਕਿ ਇੰਨੇ ਪੈਸੇ ਰਹਿੰਦੇ ਦੇਵਰੀ, ਇੰਨੇ ਦੇ ਕੀ ਵੇਚੂੰਗਾ ਮੈਂ, ਕੀ ਵੇਚੂ ਕਿਵੇਂ ਆਵੇ ਜ਼ਿੰਦਗੀ ਨੂੰ, ਲੋਕਾਂ ਨੂੰ ਜਿਉਂ ਨਹੀਂ ਦੇਣਾ, ਪੈਰ ਕਰਕੇ ਪੈਸੇ ਮੰਗਣਗੇ। ਉਹ ਬੇਚਾਰਾ ਸਵੇਰੇ ਧੀ ਦੇ ਨਾਲ ਰਾਤ ਨੂੰ ਖੇਡ ਰਿਹਾ, ਪਰਾਲੀ ਦੇ ਢੇਰ ਤੇ ਬਹਿ ਕੇ ਅੱਗ ਲਾਈ, ਪਰਾਲੀ ਦੇ ਢੇਰ ਚ ਸੜ ਕੇ ਮੱਚ ਗਿਆ। ਤੇ ਹੁਣ ਉਸ ਧੀ ਨੂੰ ਭਾਵੇਂ ਤੁਸੀਂ 20 ਲੱਖ ਦਾ ਚੈੱਕ ਦੇ ਹੋ, ਉਹ ਸਾਰੀ ਉਮਰ ਧੀ ਉਹ ਰਹਿੰਦੀ ਰਹੂਗੀ। ਜਦੋਂ ਉਹਨੇ ਵਿਆਹ ਦਾ ਦਿਨ ਚੇਤੇ ਆਇਆ ਕਰੂੰ, ਉਹ ਭਾਹਾਂ ਮਾਰ ਮਾਰ ਹੋਇਆ ਕਰੂੰ ਵੀ ਐਸੇ ਚੰਦਰੇ ਦਿਨ ਮੇਰਾ ਪਿਓ ਲੋਟ ਬਣਿਆ ਸੀ। ਜਿਹਦਾ ਪਿਓ ਫਾਹਾ ਲੈ ਕੇ ਮਾਰੀ ਗਿਆ, ਉਹਨੇ 1 ਲੱਖ ਰੁਪਇਆ ਤੁਹਾਡਾ ਕੀ ਕਰਨਾ, ਤੁਹਾਡਾ 1 ਲੱਖ ਰੁਪਇਆ ਉਹਦਾ ਪਿਓ ਲੋਟ। ਜਿਹੜੀ ਭੈਣ ਵਿਹਲਾ ਹੋ ਗਈ ਕਰਜ਼ੇ ਦੇ ਦੈਨ ਤੇ, ਜਿਹਦਾ ਸਿਰ ਦਾ ਸਾਈਕਲ ਆਇਆ, ਤੁਸੀਂ ਉਹਨੂੰ ਭਾਵੇਂ 10 ਲੱਖ ਦਾ ਚੈੱਕ ਦੇ ਦਿਓ, 10 ਲੱਖ ਉਹਦਾ ਚੱਕਣਾ, ਉਹਦਾ ਲੋਕ ਨਹੀਂ ਵਿਹਲਾ ਦਾ ਪਤੀ ਵਾਪਸ ਕਰ। ਜਿਹੜੇ ਬਜ਼ੁਰਗ ਦਾ ਪਿਓ ਪੁੱਤ ਨੌਜਵਾਨ ਕਰਜ਼ੇ ਦੇ ਖਾਇਆ, ਉਹਨੂੰ ਭਾਵੇਂ ਤੁਸੀਂ 20 ਲੱਖ ਦਾ ਚੈੱਕ ਦੇ ਦਿਓ, ਬਾਅਦ ਵਿੱਚ ਉਹਦਾ 20 ਲੱਖ ਉਹਦਾ ਪੁਰਤਾ ਮੁੜ ਕੇ ਨਹੀਂ ਆਉਣਾ ਸਵੇਰ ਦਿਓ। ਜੇ ਤੁਹਾਨੂੰ ਕੋਈ ਅਗਲਾ ਲੀਡਰੋ ਕੋਈ ਮਤ ਹੈ, ਤੁਸੀਂ ਇਹ ਐਲਾਨ ਕਰੋ ਵੀ ਸਾਡੇ ਰਾਜ ਕੋਈ ਮਰੇ ਨਾ ਕਰਜ਼ੇ ਤੋਂ ਦੁਖੀ ਹੋ ਕੇ, ਸਾਨੂੰ ਦੱਸੋ ਜਿਹੜਾ ਤੁਹਾਨੂੰ ਕਰਜ਼ਾ ਮੰਗਦੇ, ਅਸੀਂ ਸਰਕਾਰ ਕਿਸ ਤਰ੍ਹਾਂ ਦਾ ਕਰਜ਼ਾ ਦੇ ਦਿੰਦੀ, ਆਪਦੀ ਖਾਤਰ ਕੱਢਿਆ ਨਾ ਤੁਸੀਂ ਲੋਕਾਂ ਦਾ ਕਰਜ਼ਾ ਲਾ ਲਓ, ਲਾ ਲਓ ਕਰਜ਼ਾ ਨਹੀਂ ਚੜਿਆ। ਬਾਲਾ ਭਾਈ ਕਾ ਫਰੀਦਕੋਟ ਜ਼ਿਲ੍ਹੇ ਦੇ 50-60 ਲੱਖ ਰੁਪਏ ਦੀ ਗੱਡੀ ਫੜਿਆ ਸੀ, ਨਾਲੀ ਰਫਾ ਦਫਾ ਕਰਦੀ, ਕਿੱਧਰ ਗਿਆ ਪੈਸਾ ਉਹ? ਦਵਾਈਆਂ ਦੇ ਬੀਜਾਂ, ਨਾਲੀ ਬੀਜਾਂ ਦੇ ਪੈਸੇ ਦੇਣ ਚਲੇ ਸੀ ਕਿਸੇ ਮੰਤਰੀ ਨੂੰ, ਪਤਾ ਹੀ ਹੈ ਕਿਹੜੇ ਮੰਤਰੀ ਨੂੰ ਦੇਣ ਚਲੇ ਸੀ ਪੈਸੇ? ਆ ਇਹਨਾਂ ਕਿੰਨੇ ਲੀਡਰ ਅਫਸਰ ਦੇ ਰਲੇ, ਇੱਕ ਅਫਸਰ ਸਸਪੈਂਡ ਕਰਕੇ, ਇੱਕ ਅਫਸਰ ਸਸਪੈਂਡ ਕਰਕੇ ਉਹਨਾਂ ਸਿਵਿਆਂ ਦਾ ਸੇਕ ਠੰਡਾ ਹੋ ਜਿਹੜੇ ਕਿਸਾਨ ਹਰੇਕ ਜੀ ਨਹੀਂ ਕਰਦਾ ਕਿਸੇ ਨੂੰ ਗਲਤ ਰਸਤਾ ਪਾ ਕੇ, ਕਿੱਧਰ ਨਾਲ ਲੋਕਾਂ ਨੂੰ ਮਜ਼ਬੂਰ ਕਰਦਾ, ਸਾਨੂੰ ਸਿਸਟਮ ਹੀ ਮਾੜਾ ਗੱਲਾਂ ਕਰਦੇ ਨੇ ਲੋਕਾਂ ਨੂੰ। ਕਦੋਂ ਜਾਗਾਂਗੇ ਅਸੀਂ, ਕਦੋਂ ਸੁਚੇਤ ਹੋਵਾਂਗੇ? ਫਿਰ ਕਹਿੰਦੇ ਇਹੋ ਜਿਹੀਆਂ ਗੱਲਾਂ ਕਰੋ, ਬਾਣੀ ਦੇ ਚਾਰੇ ਪਾਸੋਂ ਚੇਤ ਦਿੱਤਾ ਜੀ, ਹੋਰ ਕਿਹੋ ਜਿਹੀਆਂ ਗੱਲਾਂ ਕਰੀਏ? ਲੋਕ ਆਉਂਦੇ ਆਏ ਕਰਨ ਮਾਰ ਬੋਲੀ ਜੀ, ਤੁਹਾਡੇ ਹਿੰਮਤ ਮਤ ਕਿੰਨੇ ਨੂੰ ਮਾਰੀ ਚੱਲੋ ਤੁਸੀਂ ਜੀ, ਸਿਰ ਤੋਂ ਬਗਾੜ ਕੇ ਰੱਖਤਾ। ਤੇ ਗੁਰੂ ਦਾ ਕਹਿੰਦਾ ਰਾਜੇ ਸੀ ਮੁਕਾਬਲ ਕੁੱਤੇ, ਗੁਰੂ ਨੇ ਕਿਹਾ ਵੀ ਇਹ ਤਾਂ ਲੋਕ ਕੁੱਤੇ ਹੋਏ, ਕਿਹੜੇ ਲੀਡਰ ਹੈ, ਬਗਾੜ ਕੇ ਰੱਖਤਾ, ਮਰ ਗਏ ਨਾ ਦੀ ਨਾਲ ਕਹਿ ਦਿਓ ਤੁਸੀਂ ਐਂ ਕੋ ਕੰਮ, ਤੁਸੀਂ ਜਿਉਂਦੇ ਰਹੋ, ਆਪਦੇ ਪਰਿਵਾਰਾਂ ਚ ਹੱਸਦੇ ਰਹੋ, ਆਪਦੇ ਧੀਆਂ ਪੁੱਤਾਂ ਚ ਖੇਡਦੇ ਰਹੋ, ਇਹ ਤੁਹਾਡੇ ਸਰਕਾਰ ਦੀਆਂ ਕਰਦੇ ਕੋਈ ਗੱਲ ਨੀ, ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਚੜ੍ਹਿਆ ਤੇ ਸਰਕਾਰ ਲਾ ਦੂਗੀ ਆਪਣੇ। ਉਹ ਜਿਉਂਦੇ ਨੂੰ ਦਿਲ ਦੋ ਰੱਖਦਾ ਚੈੱਕ ਵੀ ਕੋਈ ਗੱਲ ਨੀ, ਬਸ ਮੋਰੀ ਨਾ ਸਪਰੇ ਨਾ ਕਿਹਾ ਲੈ ਦੂਗਾ, ਕਿਹਾ ਤੂੰ ਆਪਦਾ ਘਰ ਹੋਗਾ, ਘਰ ਬਾਕੀ ਹੋਏ ਹੋਏ ਦੇ ਦੇਣਾ, ਆਹ ਘਰ ਗੱਲ ਹੈ ਬੰਦੇ। ਕਹਿੰਦੇ ਮਰਨ ਤੋਂ ਬਾਅਦ ਦੇਵਾਂਗੇ, ਤੁਸੀਂ ਮਰਨ ਪੰਜਾਬ ਪਾਈ ਜਾਂਦੇ ਹੋ, ਇਸੇ ਤੋਂ ਪਰਿਵਾਰ ਵਾਲੇ ਤਾਂ ਕਹਿੰਦੇ ਬੰਦੇ ਗੱਲਾਂ ਨੇ, ਅਜੇ ਮਰ ਜਾਓ ਫੇਰ ਦੇ ਦਾਂਗੇ ਪੈਸੇ, ਆਹ ਗੱਲ ਬੰਦਿਆਂ ਦੀ ਗੱਲ ਹੈ। ਇਹਦੇ ਗੁਰੂ ਸਮਾਤ ਬਖਸ਼ੇ, ਸੁਚੇਤ ਹੋਈਏ, ਗੁਰੂ ਨਾਲ ਜੁੜੀਏ, ਬਾਣੀ ਨਾਲ ਜੁੜੀਏ, ਮਾਨ ਅਤੇ ਇਤਿਹਾਸ ਤੇ ਮਾਨ ਕਰਕੇ ਸੁਚੇਤ ਹੋਈਏ। ਅਸਲ ਵਿੱਚ ਇਹ ਕਾਰਨ ਵਾਪਰੇ ਵੀ ਸਾਡੇ ਕਰਕੇ, ਅਸੀਂ ਗਿਆਨ ਤੋਂ ਪੀੜੇ ਹੋਈਏ, ਅੰਧੇ ਰਹੀਏ ਤਾਂ ਗਿਆਨ ਵੀ ਹੋਣੀ, ਭਾਵੇਂ ਭਰੇ ਗੁਰਬਾਣੀ।